ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਕੋਲੋਂ ਲੰਘਦੇ ਰਾਵੀ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਕੋਨੇਵਾਲ ਨੂੰ ਵਦੇਰੇ ਢਾਹ ਲਗੀਏ। ਪਾਣੀ ਦੇ ਤੇਜ਼ ਵਹਾਅ ਕਾਰਨ ਜਿੱਥੇ ਪਿੰਡ ਦੇ ਖੇਤਾਂ ਵਿੱਚ ਗੰਨੇ ਦੀ ਫਸਲ ਨੂੰ ਵਦੇਰੇ ਨੁਕਸਾਨ ਹੋਇਆ ਹੈ, ਉੱਥੇ ਹੀ ਸੜਕ ਵਿੱਚ ਵੀ ਪਾੜ ਪੈ ਗਿਆ ਅਤੇ ਕਈ ਪਿੰਡਾਂ ਦਾ ਜ਼ਿਲ੍ਹੇ ਨਾਲੋਂ ਸੜਕੀ ਸੰਪਰਕ ਟੁੱਟ ਗਿਆ ਹੈ। ਬੀਐਸਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ। ਪਹਿਲੇ ਵੀ ਇੱਕ ਵਾਰਨਿੰਗ ਜਾਰੀ ਹੋਈ ਸੀ ਕਿ ਪਾਣੀ ਦਾ ਲੈਵਲ ਵਧਣ ਵਾਲਾ ਹੈ ਆਉਣ ਵਾਲੇ ਟਾਈਮ ਮੈਂ। ਅਤੇ ਉਸ ਟਾਈਮ ਹਮ ਲੋਕ ਤਿਆਰ ਸੇ ਅੱਜ ਇਹ ਐਕਸਪੈਕਟਡ ਨਹੀਂ ਥਾ ਔਰ ਅਚਾਨਕ ਸੇ ਆਫਟਰਨੂੰ ਮੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧ ਗਿਆ ਹੈ ਜਿਸ ਸੇ ਬਹੁਤ ਸਾਰਾ ਏਰੀਆ ਇਫੈਕਟਡ ਹੋਆ ਹੈ ਅਬੇਕ। ਸ਼ਾਸਨ ਨੂੰ ਹੋਰ ਜੋਲ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਗਰਦਾਸਪੁਰ ਡੀਸੀ ਸਾਡੇ ਆ ਡੀਸੀ ਸਾਹਿਬ ਉਹਨਾਂ ਨੂੰ ਕਹਾਂ ਇੱਕ ਸਾਡੇ ਤੁਸੀ ਆ ਜਿਹੜੀ ਆਪਣਾ 88 ਦੇ ਵਿੱਚ ਰੁੜ ਗਈ ਆ ਉਹਦੇ ਨਾਲ ਸੰਪਰਕ ਬੜਾ ਵਧੀਆ ਰਹਿੰਦਾ ਹੈ ਪਹਿਲੇ ਜ਼ਿੰਮੇਦਾਰ ਵੀ ਬੱਜ ਜਾਂਦੇ ਸੀ। ਉਹ ਆਪਾਂ ਐਪਲੀਕੇਸ਼ਨਾਂ ਵੀ ਭੇਜੀਆਂ ਵਾਂ। ਵੀ ਬੰਨੀ ਜਾਵੇ ਆ ਜਿਹੜਾ ਵੇਖੋ ਨੁਕਸਾਨ ਹੋਇਆ ਵਾ ਜ਼ਿਮੀਦਾਰ ਦਾ ਇਥੋਂ ਟੁੱਟਣ ਕਰਕੇ ਕਮਾ ਲਈ ਜਿਹੜਾ ਵਾ ਸਾਰਾ ਦੱਬਿਆ ਜਾਣਾ ਵਾ ਹੁਣ ਤੇ ਅਸੀਂ ਪਰੇਸ਼ਾਨ ਹੋ ਗਏ ਆ ਕਿ ਆਪਾਂ ਦਰਿਆਲੇ ਪਾਸੇ ਜਿਹੜਾ ਵਾ ਨਾਲ ਵੇਖੋ ਕਿੰਨੀ ਆਪਣਾ ਗਰੀਬ ਜਨਤਾ ਤੇ ਜ਼ਿਮੀਦਾਰ ਜਿਹੜੇ ਸਾਡੇ ਰੁਕ ਗਏ ਨੇ ਟਰੈਕਟਰ ਟਾਲੀਆਂ ਵਿੱਚ ਜਿਹੜੀਆਂ ਰੁਕੀਆਂ ਨੇ ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਵਾਕ ਨੇ ਲੋਕਾਂ ਨੂੰ ਕਿਹਾ ਹੈ ਕਿ ਰੰਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਪਾਣੀ ਵਧ ਗਿਆ ਹੈ। ਉਹਨਾਂ ਦਰਿਆ ਨੇੜੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰਿਆ ਨੇੜੇ ਨੀਵੇਂ ਖੇਤਾਂ ਦੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਰਾਵੀ ਦਰਿਆ ਤੋਂ ਦੂਰ ਰਹਿਣ ਕਿਉਂ ਜੋ ਰੰਜੀਤ ਸਾਗਰ ਡੈਮ ਚੀਲ ਵਿੱਚ ਪਾਣੀ ਦਾ ਪੱਧਰ 523 ਮੀਟਰ ਤੋਂ ਉੱਪਰ ਹੈ। ਚਲਾ ਗਿਆ ਹੈ ਜੋ ਕਿ ਖਤਰੇ ਦੇ 527.91 ਮੀਟਰ ਦੇ ਨਿਸ਼ਾਨ ਤੋਂ 4 ਮੀਟਰ ਹੀ ਥੱਲੇ ਅਤੇ ਝੀਲ ਦੇ ਫਲੱਡ ਗੇਟ ਖੋਲਣ ਕਾਰਨ ਰਾਵੀ ਵਿੱਚ ਪਾਣੀ ਦੇ ਹੋਰ ਵਧਣ ਦੀ ਸੰਭਾਵਨਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ